ਹਰ ਰੋਜ਼ ਕੋਠੀਆਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਆਹ ਤੇ ਸੈੱਟ ਕਰਕੇ ਜਰੂਰ ਦਬੋ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਜੀ ਸਾਰੇ ਵੀਰਾਂ ਦਾ ਸਭ ਤੋਂ ਪਹਿਲਾਂ ਤਾਂ ਚੈਨਲ ਦਾ ਵਟਸਐਪ ਨੰਬਰ ਕਰੋ ਜੀ ਨੋਟ ਸਕ੍ਰੀਨ ਤੇ ਬ੍ਰਿੰਗ ਜੇ ਕਿਸੇ ਵੀ ਨੇ ਕੋਠੀ ਦੀ ਮਕਾਨ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਐਡ ਕਰਾਉਣੀ ਹੈ ਜੀ ਵੇਚਣ ਵਾਸਤੇ ਜਿਹੜਾ ਨੰਬਰ ਆਪਣਾ ਸਕ੍ਰੀਨ ਤੇ ਸ਼ੋਅ ਹੋ ਰਿਹਾ ਜੀ ਇਸ ਨੰਬਰ ਤੇ ਘੱਟੋ ਘੱਟ 10 ਤੋਂ 12 ਫੋਟੋਆਂ ਜੀ ਦੋ ਤਿੰਨ ਮਿੰਟ ਦੀ ਵੀਡੀਓ ਬਾਕੀ ਦੀ ਜਾਣਕਾਰੀ ਆਪਣੇ WhatsApp ਨੰਬਰ ਤੇ ਭੇਜ ਦਿਓ ਐਡ ਤੁਹਾਡੀ ਲੱਗ ਜੂਗੀ ਇੱਕ ਬੇਨਤੀ ਹੈ ਵੀਰੇ ਜਦੋਂ ਆਪਣੇ ਕੋਲੇ ਕੋਈ ਵੀ ਕੋਠੀ ਜਾਂ ਮਕਾਨ ਭੇਜ ਦਿਓ ਤੇ ਉਹਦੀ ਜਾਣਕਾਰੀ ਸਾਰੀ ਦਿਓ ਕਰੋ ਜੀ ਜਿਹੜੀਆਂ ਫੋਟੋਆਂ ਖਿੱਚ ਕੇ ਭੇਜ ਦਿਓ ਫੋਨ ਨੂੰ ਟੈਡਾ ਕਰਕੇ ਬੜੀਆ ਸਾਫ ਭੇਜੇ ਕਰੋ ਤੇ ਵੀਡੀਓ ਭੇਜਣੀ ਲਾਜ਼ਮੀ ਹੈ ਜੀ ਦੋ ਤਿੰਨ ਮਿੰਟ ਦੀ ਵੀਡੀਓ ਬਣਾ ਕੇ ਜ਼ਰੂਰ ਭੇਜਿਆ ਕਰੋ ਤੇ ਲਾਸਟ ਦੇ ਵਿੱਚ ਆਪਾਂ ਕਮੈਂਟ ਵੀ ਸਾਰੇ ਪੜਾਂਗੇ ਜੀ ਜਿੰਨੇ ਵੀਰਾਂ ਨੇ ਕਮੈਂਟ ਕੀਤੇ ਸਾਰੇ ਆਪਾਂ ਰੀਡ ਕਰਾਂਗੇ ਤੇ ਸਾਰੇ ਵੀਰਾਂ ਦੇ ਨਾਮ ਆਪਾਂ ਲਾਵਾਂਗੇ ਜੀ ਤੇ ਰਿਪਲਾਈ ਤੁਹਾਡੀ ਕਰਾਂਗੇ ਜੀ ਤੇ ਹੁਣ ਅੱਗੇ ਆਪਾਂ ਕਰ ਦਾਂ ਜੀ ਵੀਡੀਓ ਸਟਾਰਟ ਆਪਣੇ ਕੋਲੇ ਅੱਜ ਕੋਠੀ ਪਹੁੰਚੀ ਹੈ ਜੀ ਪੂਰੀ ਵਧੀਆ ਟੌਪ ਦੀ ਕੋਠੀ ਹੈ ਜੀ ਡਬਲ ਸਟੋਰੀ ਹੈ ਜੀ ਦੋ ਮੰਜ਼ਲੀ 65 ਸਾਰੀ ਹੋਈ ਹੈ ਤੇ ਫਰੰਟ ਡਿਜ਼ਾਈਨ ਬਹੁਤ ਸੋਹਣਾ ਜੀ ਤੁਸੀਂ ਦੇਖ ਰਹੇ ਹੋ ਤੇ A to Z ਸਾਰੀ ਕੋਠੀ ਕੰਪਲੀਟ ਹੈ ਜੀ ਕੋਈ ਕਮੀ ਪੇਸ਼ ਨਹੀਂ ਸਾਰੇ ਜਿੰਨੇ ਰੂਮ ਨੇ ਸਾਰੇ ਤਿਆਰ ਨੇ ਜੀ ਕਿਚਨ ਪੂਰਾ ਤਿਆਰ ਹੈ ਜੀ ਤੇ ਕਾਰ ਪਾਰਕਿੰਗ ਲਈ ਥਾਂ ਹੈਗੀ ਹੈ ਜੀ ਬਹੁਤ ਸਾਰੀ ਜੀ ਤੇ ਤੁਸੀਂ ਦੇਖ ਰਹੇ ਹੋ 300 ਸਕੁਅਰ ਗਜ ਦੇ ਵਿੱਚ ਆਹ ਕੋਠੀ ਹੈ ਜੀ ਕਿਸੋ ਵੀ ਨੂੰ ਪਸੰਦ ਆਈ ਹੋਵੇ ਤਾਂ ਜਾ ਕੇ ਦੇਖ ਸਕਦੇ ਹਾਂ ਪਟਿਆਲਾ ਏਰੀਆ ਚ ਕੋਠੀ ਹੈ ਜੀ ਆਨੰਦ ਨਗਰ ਬੀ ਪਟਿਆਲਾ ਜੀ ਤੇ ਬਹੁਤ ਸੋਹਣੀ ਕੋਠੀ ਹੈ ਜੀ ਬਾਕੀ ਜਿਹੜਾ ਕਿਚਨ ਬਹੁਤ ਸੋਹਣਾ ਤਿਆਰ ਹੈ ਜੀ ਬਾਥਰੂਮ ਵਗੈਰਾ ਤਿਆਰ ਨੇ ਮੇਨ ਗੇਟ ਲੱਗਿਆ ਹੋਇਆ ਜੀ ਤੇ ਸਾਰੀ ਕੋਠੀ ਜਿਹੜੀ A to Z ਕੰਪਲੀਟ ਹੈ ਜੀ ਤੇ ਤੁਸੀਂ ਦੇਖ ਰਹੇ ਹੋ ਜੀ ਤੇ ਵਿੰਡੋ ਵਗੈਰੇ ਸਾਰੀ ਲੱਗੀਆਂ ਪੋਦੇ ਪੂਰੇ ਲੱਗੇ ਹੋਏ ਆ ਜੀ ਤੇ ਜਿਹੜੇ ਰੂਮ ਨੇ ਪੂਰੇ ਤਿਆਰ ਨੇ PVC ਨਾਲ ਤਿਆਰ ਹੈ ਜੀ ਕੱਪ ਬੋਰਡ ਵਗੈਰਾ ਬਣੇ ਹੋਏ ਆ ਜੀ ਤੇ ਲੋਬੀ ਪੂਰੀ ਖੁੱਲੀ ਡੁੱਲੀ ਅਤੇ ਪੂਰੀ ਵਧੀਆ ਜੀ ਕਿਚਨ ਤੁਸੀਂ ਦੇਖੋਗੇ ਬਹੁਤ ਸੋਹਣਾ ਜੀ ਬਾਕਸ ਵਗੈਰਾ ਬਣੇ ਹੋਏ ਆ ਬਹੁਤ ਸੋਹਣਾ ਕਿਚਨ ਹੈ ਜੀ ਬਲਕਿ ਤੁਸੀਂ ਦੇਖ ਰਹੇ ਹੋ ਜੀ ਫੋਟੋਆਂ ਚੱਲ ਰਹੀਆਂ ਹਨ ਕਾਰ ਪਾਰਕਿੰਗ ਲਈ ਥਾਂ ਹੈਗੀ ਹੈ ਗ੍ਰਿਲਾਂ ਵਗੈਰਾ ਲੱਗੀਆਂ ਜੀ ਲਾਈਟਿੰਗ ਫਿਟਿੰਗ ਦਾ ਸਾਰਾ ਕੰਮ ਹੋਇਆ A to Z ਸਾਰੀ ਕੋਠੀ ਕੰਪਲੀਟ ਹੈ ਜੀ ਬਹੁਤ ਸੋਹਣੀ ਤੇ ਬਹੁਤ ਵੱਡੀ ਤੇ ਬਹੁਤ ਵਧੀਆ ਕੋਠੀ ਹੈ ਜੀ ਬਲਕਿ ਤੁਸੀਂ ਦੇਖ ਰਹੇ ਹੋ ਪਟਿਆਲੇ ਏਰੀਆ ਚ ਕੋਠੀ ਹੈ ਤੇ ਇਹਦੀ ਡਿਮਾਂਡ ਹੈ ਬਰੀ 55 ਲੱਖ ਜੀ 55 ਲੱਖ ਡਿਮਾਂਡ ਹੈ ਤੇ ਬਾਕੀ ਮਾਲਕ ਵੀਰ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਬਹੁਤ ਵੱਡੀ ਤੇ ਬਹੁਤ ਸੋਹਣੀ ਕੁਠੀ ਹੈ ਬਾਕੀ ਜਿਹੜਾ ਰੇਟ ਹੈ ਬਾਕੀ ਮੌਕੇ ਤੇ ਕਰ ਲਾਂਗੇ ਮਾਲਕ ਵੀਰ ਕਹਿੰਦੇ ਸੀ ਤੇ ਮਾਲਕ ਦਾ ਨੰਬਰ ਕਰ ਲਓ ਜੀ ਨੋਟ 99687 81161 ਫੋਨ ਕਰਕੇ ਵੀਰ ਇਹਨਾਂ ਨੂੰ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਜੀ ਤੇ ਅੱਗੇ ਆਪਾਂ ਕਰ ਦੋ ਜੀ ਕਮੈਂਟਾਂ ਦੀ ਗੱਲ ਹੁਣ ਕਮੈਂਟ ਆਪਣੇ ਕੋਲੇ ਸਭ ਤੋਂ ਪਹਿਲਾਂ ਪਹੁੰਚਿਆ ਜੀ ਪ੍ਰਗਟ ਸਿੰਘ ਦਾ ਕਹਿੰਦੇ ਆ ਵੈਰੀ ਨੇਸ ਥੈਂਕ ਯੂ ਜੀ ਤੇ ਬਲਵੰਤ ਸਿੰਘ ਕਹਿੰਦੇ ਆ ਕੋਟਕਪੂਰਾ ਫਰੀਦਕੋਟ ਦੇ ਵਿੱਚ ਕੋਈ ਕੋਠੀ ਹੋਵੇ ਤਾਂ ਐਡ ਕਰਿਓ ਜ਼ਰੂਰ ਜੀ ਜ਼ਰੂਰ ਜੀ ਦੱਸ ਦਾਂਗੇ ਤੁਹਾਨੂੰ ਬਾਕੀ ਵੀਡੀਓ ਚੈੱਕ ਕਰ ਲਿਓ ਆਪਾਂ ਪਾ ਦਾਂਗੇ ਜੀ ਕੋਟਕਪੂਰੀ ਜਾਂ ਫਰੀਦਕੋਟ ਦੀ ਕੋਈ ਕੋਠੀ ਚ ਤੇ ਅੱਗੇ ਆਪਣੇ ਕੋਲੇ ਦੀਪ ਸ਼ਰਗਿਲ ਕਹਿੰਦੇ ਜੀ ਥੈਂਕਸ ਬਾਈ ਜੀ ਤੁਸੀਂ ਏਰੀਆ ਵੀ ਦੱਸਿਆ ਵਿਕਾਸਨਗਰ ਸਾਰੀ ਵੀਡੀਓ ਚ ਦੱਸਿਆ ਕਰੋ ਜ਼ਰੂਰ ਜੀ ਅੱਜ ਜਿਹੜੀ ਆਪਾਂ ਵੀਡੀਓ ਚ ਵੀ ਸਾਰਾ ਕੁਝ ਦੱਸਿਆ ਜੀ ਅੱਗੇ ਆਪਣੇ ਕੋਲੇ ਸਤਵਿੰਦਰ ਕੌਰ ਜੀ ਕਹਿੰਦੇ ਆ ਜੀ ਲੋਕੇਸ਼ਨ ਐਂਡ ਪ੍ਰਾਈਸ ਅੰਦਰ ਦੱਸਿਆ ਹੋਇਆ ਜੀ ਸਾਰਾ ਕੁਝ ਤੁਸੀਂ ਵੀਡੀਓ ਨੂੰ ਪੂਰੀ ਕੰਪਲੀਟ ਚੈੱਕ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਜੀ ਤੇ ਰੋਹਿਤ ਕਹਿੰਦੇ ਅੱਗੇ ਭਾਜੀ ਅੰਮ੍ਰਿਤਸਰ ਵੱਲ ਹੈਗੀ ਐ ਕੋਠੀ ਕੋਈ ਤਾਂ ਦੱਸਣਾ ਜ਼ਰੂਰ ਜੀ ਮਨਜੀਤ ਕੌਰ ਕਹਿੰਦੇ ਰਾਜਪੁਰੇ ਵਿੱਚ ਕੋਈ 9-10 ਲੱਖ ਦੀ ਕੋਈ ਕੋਠੀ ਜਾਂ ਹਾਊਸ ਹੋਵੇ ਤਾਂ ਦੱਸਿਓ ਜੀ ਜ਼ਰੂਰ ਜੀ ਬੋਟਾ ਸਿੰਘ ਕਹਿੰਦਾ ਵੈਰੀ ਗੁੱਡ ਥੈਂਕ ਯੂ ਜੀ ਦਾਦਰ ਸਾਹਿਬ ਕਹਿੰਦੇ ਨਾਈਸ ਥੈਂਕ ਯੂ ਜੀ ਤੇ ਰਣਜੀਤ ਸਿੰਘ ਕਹਿੰਦੇ ਭਾਈ ਬਟਿਆਲੇ ਵੱਲ ਕੋਈ ਦੱਸੋ ਜੀ ਜ਼ਰੂਰ ਜੀ ਜੇ ਕੇ ਕਹਿੰਦੀ ਹੈ 10 ਲੱਖ ਦੀ ਕੋਈ ਕੋਠੀ ਹੋਵੇ ਤਾਂ ਦੱਸਿਓ ਜੀ ਜ਼ਰੂਰ ਜੀ ਤੇ ਬਲਦੇਵ ਸਿੰਘ ਕਹਿੰਦੇ ਨਾਈਸ थैंक यू ਜੀ ਤੇ ਬਹੁਤ ਸੋਹਣੇ ਕਮੈਂਟ ਸੀਗੇ ਜੀ ਸਾਰੇ ਵੀਰਾਂ ਦੇ ਤੇ ਇਦਾਂ ਹੀ ਕਮੈਂਟ ਕਰਦੇ ਰਹਿ ਕਰੋ ਵੀਰੇ ਬਾਕੀ ਤੁਹਾਡੇ ਕਰਕੇ ਜੀ ਸਾਰਾ ਕੁਝ ਆਪਣਾ ਤੇ ਬਹੁਤ ਬਹੁਤ ਧੰਨਵਾਦ ਜੀ ਹਰ ਹਰ ਰੋਜ਼ ਆਪਣੇ ਵੀਡੀਓ ਦੇਖਦੇ ਹੋ ਤੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਬਹੁਤ ਖੁਸ਼ੀ ਹੁੰਦੀ ਹੈ ਬ੍ਰੇ ਦਿਲ ਤੋਂ ਧੰਨਵਾਦ ਜੀ ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕੋਠੀ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਜੀ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਆਪਣੇ ਚੈਨਲ ਤੇ ਵੀਡੀਓ ਦੇਖਣ ਵਾਸਤੇ ਕੋਠੀ ਦੇਖਣ ਵਾਸਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਸਬਸਕ੍ਰਾਈਬ ਬਟਨ ਦੇ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਆਲਟ ਤੇ ਸੈੱਟ ਕਰਕੇ ਜਰੂਰ ਦਬਾ ਦਿਓ ਤਾਂ ਕਿ ਹਰ ਰੋਜ਼ ਆਪਾਂ ਨਵੀਂ ਵੀਡੀਓ ਪਾਈਏ ਉਸੇ ਟਾਈਮ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਨੂੰ ਲਾਈਕ ਕਰ ਦਿਓ ਬਾਤ ਤੋਂ ਬਾਤ ਜੀ ਅੱਜ ਆਪਣਾ 300 ਲਾਈਕ ਦਾ ਟਾਰਗੇਟ ਹੈ ਮੇਰੇ 300 ਲਾਈਕ ਕੰਪਲੀਟ ਕਰ ਦਿਓ ਜੀ ਬਾਕੀ ਮਿਲਦਾ ਮੇਰੇ ਜਲਦੀ ਸੇ ਤਰ੍ਹਾਂ ਦੀ ਇੱਕ ਨਵੀਂ ਕੋਠੀ ਤੇ ਨਵੀਂ ਮਕਾਨ ਤੇ ਨਵੀਂ ਵੀਡੀਓ ਦੇ ਨਾਲ ਜੀ